ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਉਹ ਦਿਨ ਆਇਆ ਹੈ ਜਦੋਂ ਅਯੋਧਿਆ 'ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਅੱਜ ਦੁਨੀਆ ਭਰ ਦੇ ਮੰਦਰਾਂ 'ਚ ਸਵੇਰ ਤੋਂ ਹੀ ਜੈ ਸ਼੍ਰੀ ਰਾਮ ਅਤੇ ਜੈ ਸ਼੍ਰੀ ਹਨੂੰਮਾਨ ਦੇ ਨਾਰੇ ਲੱਗ ਰਹੇ ਨੇ, ਜਿਸ ਦੇ ਚੱਲਦਿਆਂ ਬਰਨਾਲਾ ਵਿੱਚ ਵੀ ਮੰਦਰਾਂ ਦੀ ਖਾਸ ਸਜਾਵਟ ਕੀਤੀ ਗਈ ਹੈ। ਰਾਮ ਭਗਤਾਂ ਦਾ ਕਹਿਣਾ ਹੈ ਕਿ ਉਹਨਾਂ ਲਈ ਅੱਜ ਦਾ ਦਿਨ ਇਤਿਹਾਸਿਕ ਹੈ ਜੋ ਬੜੀਆਂ ਔਕੜਾਂ ਬਾਅਦ ਆਇਆ ਹੈ। ਬਰਨਾਲਾ ਸ਼ਹਿਰ ਮੇਂ ਬਹੁਤ ਹੀ ਖੁਸ਼ੀ ਕਾ ਮਾਹੌਲ ਹੈ। ਸਭੀ ਮੰਦਰੋਂ ਮੇਂ ਸਵੇਰੇ ਸੀ ਸੁਬਹਾ ਸੀ ਭਗਤ ਲੋਕ ਯਹਾਂ ਪੇ ਆਨੇ ਜਾਣੇ ਸ਼ੁਰੂ ਹੋਏ ਹੈ। ਜਬ ਵੀ ਜ਼ਿਲ੍ਹਾ ਨਿਆਸ ਹੋਗਾ ਤਭੀ ਹੀ ਯਹਾਂ ਸੇ ਘੋੜੇ ਔਰ ਬਾਜੋ ਕੇ ਸਾਥ ਨਗਾੜੋ ਕੇ ਸਾਥ ਯਹਾਂ ਪੇ ਲੱਡੂ ਪ੍ਰਸ਼ਾਦ ਬਾਂਟਾ ਜਾਏਗਾ ਔਰ ਸਭੀ ਮੰਦਰੋਂ ਮੇਂ ਰਮਾਇਣ ਵਗੈਰਾ ਕਾ ਸਭੀ ਮੇਂ ਪਾਠ ਚੱਲ ਰਿਹਾ ਹੈ। ਬਰਨਾਲਾ ਸ਼ਹਿਰ ਕੋ ਸਜ ਸਜਾਇਆ ਗਿਆ, ਪੂਰਾ ਸਜਾਇਆ ਗਿਆ ਹੈ। ਬਹੁਤ ਹੀ ਪੂਰੇ ਹਿੰਦੁਸਤਾਨ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਔਰ ਪੂਰੀ ਦੁਨੀਆ ਦੇ ਵਿੱਚ ਅੱਜ ਜਿਹੜੀ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ, ਕਿਉਂਕਿ 500 ਸਾਲਾਂ ਦਾ ਇਤਿਹਾਸ ਹੈ ਸਾਡਾ ਬਹੁਤ ਪੁਰਾਣਾ ਔਰ ਅੱਜ ਜੋ ਇੱਕ ਬਵਿਆ ਮੰਦਿਰ ਜਿਹੜਾ ਹੈਗਾ ਅਯੋਧਿਆ ਵਿਖੇ ਸ਼੍ਰੀ ਰਾਮ ਜਨਮ ਭੂਮੀ ਦੇ ਉੱਤੇ ਬਣਨ ਜਾ ਰਿਹਾ ਹੈਗਾ ਔਰ ਸਾਰੇ ਹਿੰਦੁਸਤਾਨ ਵਾਸਤੇ ਇੱਕ ਬਹੁਤ ਵੱਡੀ ਹਰਸ਼ ਵਾਲੀ ਗੱਲ ਹੈਗੀ ਹੈ। ਬਹੁਤ ਖੁਸ਼ੀ ਹੈ, ਅੱਜ ਰਾਮ ਭੂਮੀ ਪੂਜਨ ਹੈ, ਸ਼ਿਲਾਨਿਆਸ ਰੱਖਿਆ ਜਾਊਗਾ। ਬੜੇ ਬੜੇ ਸੰਤ ਔਰ ਬੜੇ ਬੜੇ ਵਿਦਵਾਨ ਪੰਡਿਤੋਂ ਦੁਆਰਾ, ਹਮਾਰੇ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਭਗਵਾਨ ਸ਼੍ਰੀ ਰਾਮ ਜੀ ਕਾ ਜਨਮ ਭੂਮੀ ਪੂਜਨ ਹੋਗੀ, ਸ਼ਿਲਾਨਿਆਸ ਰੱਖਿਆ ਜਾਏਗਾ। ਅੱਜ ਦਾ ਦਿਨ ਪੂਰੇ ਵਿਸ਼ਵ ਦੇ ਹਿੰਦੂ ਸਮਾਜ ਵਾਸਤੇ ਬਲਕਿ ਮਾਨਵਤਾ ਵਾਸਤੇ ਬਹੁਤ ਭਾਗਾਂ ਭਰਿਆ ਦਿਨ ਹੈ। ਬੜੇ ਲੰਬੇ ਸੰਘਰਸ਼ ਤੋਂ ਬਾਅਦ ਰਾਮ ਮੰਦਿਰ ਬਣਨਾ ਸ਼ੁਰੂ ਹੋ ਰਿਹਾ ਹੈ। ਅਸੀਂ ਆਪਣੇ ਹਿਰਦੇ ਦੀ ਖੁਸ਼ੀ ਜਿਹੜੀ ਹੈ ਉਹ ਸ਼ਬਦਾਂ 'ਚ ਇਜ਼ਹਾਰ ਨਹੀਂ ਕਰ ਸਕਦੇ। 1989 'ਚ ਅਸੀਂ ਇੱਥੋਂ 82 ਬੰਦੇ ਗਏ ਸੀ, ਸਾਨੂੰ ਮੁਰਾਦਾਬਾਦ ਫੜ ਲਿਆ, ਹੋਰ ਕਈ ਥਾਂ ਰੱਖਿਆ, ਅਸੀਂ ਕਈ ਦਿਨ ਇਸ ਸੰਘਰਸ਼ 'ਚ ਲਾਇਆ। ਅੱਜ ਜਿਨ੍ਹਾਂ ਬੰਦਿਆਂ ਨੇ ਪਿਛਲੇ 500 ਸਾਲ 'ਚ ਜਾਨਾਂ ਦਿੱਤੀਆਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਔਰ ਵਿਸ਼ਵ 'ਚ ਹਿੰਦੂ ਸਮਾਜ ਦਾ ਨਾਂ ਉੱਚਾ ਹੋਊਗਾ। ਭਗਵਾਨ ਰਾਮ ਜੀ ਜਿਹੜੇ ਠਾਠ 'ਚ ਸੀ ਉਹ ਠਾਠ ਨਾਲ ਮੰਦਰ 'ਚ ਆਉਣਗੇ। ਪਾਰਟੀ ਕੀ ਔਰ ਸੇ ਪੂਰੇ ਸਭੀ ਮੰਦਿਰੋਂ ਕੋ ਸਜਾਇਆ ਗਿਆ ਹੈ ਔਰ ਪੂਰੇ ਬਾਜ਼ਾਰ ਮੇਂ ਪਟਾਕੋਂ ਸੇ ਹਮ ਸ਼ਾਮ ਕੋ ਦੀਪਾਵਲੀ ਜੈਸਾ ਮਾਹੌਲ ਬਣਾਏਂਗੇ। ਅੱਜ ਹਮ ਗਰਵ ਮਹਿਸੂਸ ਕਰਤੇ ਹੈ ਕਿ 492 ਸਾਲੋਂ ਕੇ ਬਾਅਦ ਹਮੇ ਹਮਾਰੇ ਸ਼੍ਰੀ ਰਾਮ ਮੰਦਿਰ ਜੋ ਨਿਰਮਾਣ ਹੋਣੇ ਜਾ ਰਹਾ ਹੈ ਅੱਜ, ਉਸਕੇ ਹਮੇ ਇਤਨੀ ਖੁਸ਼ੀ ਹੈ ਕਿ ਹਮ ਬਿਆਨ ਨਹੀਂ ਕਰ ਸਕਤੇ ਸ਼ਬਦੋਂ ਮੇਂ। ਔਰ ਪਟਾਕੇ ਚਲਾ ਕੇ ਮਿਠਾਈਆਂ ਬਾਟੀ ਜਾਏਗੀ, ਜੈਸੇ ਹੀ ਮੋਦੀ ਜੀ ਕੱਲ੍ਹ ਇਸਕਾ ਸ਼ਿਲਾਂਸ ਕਾ ਨੀਂਹ ਪੱਥਰ ਰੱਖੇਂਗੇ ਵਹਾਂ ਪਰ ਅਯੋਧਿਆ ਮੇਂ, ਵੈਸੇ ਹੀ ਯਹਾਂ ਪਰ ਢੋਲ ਨਗਾੜੇ ਬਾਜੋ ਕੇ ਸਾਥ ਹਮ ਪੂਰਾ ਨਾਚ ਗਾਣੇ ਗਾ ਕਰਕੇ ਪ੍ਰਸ਼ਾਦ ਵਿਤਰਿਤ ਕਰੇਂਗੇ। ਹਮਾਰੇ ਬਰਨਾਲਾ ਮੇਂ 500 ਡਿੱਬੇ ਜੋ ਹੈ ਦੋ ਲੱਡੂਓਂ ਕੇ ਉਹ 500 ਸੇ 1500 ਡਿੱਬਿਓਂ ਕੇ ਕਰੀਬ ਹਮ ਪ੍ਰਸ਼ਾਦ ਵਿਤਰਿਤ ਕਰ ਰਹੇ ਹੈ। ਰੇਡੀਓ ਪੰਜਾਬ ਟੁਡੇ ਲਈ ਡਿੰਪਲ ਦੇ ਨਾਲ ਬਰਨਾਲਾ ਤੋਂ ਕਮਲਜੀਤ ਸਿੰਘ ਸੰਧੂ ਦੀ ਰਿਪੋਰਟ।